ਮੈਂ ਬੜੀ ਖੁਸ਼ ਸੀਗੀ ਆਪਣੇ ਆਪ ਨਾਲ ਮੈਨੂੰ ਆਪਣੇ ਚਿਹਰੇ ਨਾਲ ਬੜਾ ਪਿਆਰ ਸੀਗਾ ਮੈਨੂੰ ਸ਼ਰਮ ਆਂਦੀ ਪਈ ਉਹਨੂੰ ਸਰਦਾਰ ਬੋਲਦੇ ਹੋਏ ਉਹਨਾਂ ਨੇ ਜਿਹੜੀ ਆਪਣੀ ਪੱਗ ਬੰਨੀ ਸੀ ਪਾਗੋਣੇ ਚੱਕ ਕੇ ਆਪਣੇ ਪੋਲੀਥੀਨ ਦੇ ਵਿੱਚ ਪਾ ਲਈ ਜੋ ਇੱਕ ਮੌਂਕੀ ਕੈਪ ਹੁੰਦੀ ਆ ਉਹਨੇ ਆਪਣਾ ਚਿਹਰਾ ਪੂਰਾ ਲੁਕੋ ਲਿਆ ਸੀਗਾ ਕਿ ਮੈਨੂੰ ਪਛਾਣਦਿਆਂ ਨਾ ਜਾਵੇ ਮੈਂ ਆਪਣੇ ਫਾਦਰ ਸਾਹਿਬ ਨੂੰ ਇੱਕੋ ਗੱਲ ਕਹਿ ਰਹੀ ਆ ਕਿ ਡੈਡੀ ਮੈਨੂੰ ਦਿਖਦਾ ਨਹੀਂ ਪਿਆ ਡੈਡੀ ਮੈਨੂੰ ਦਿਖਦਾ ਨਹੀਂ ਪਿਆ ਮੇਰੀ ਮੂੰਹ ਬਾਗ ਜਿੱਦਾਂ ਕਹਿੰਦੇ ਨੇ ਆਪਾਂ ਮੋਹਵਤੀ ਮੇਰੀ ਮੋਹਵਤੀ ਵਾਂਗ ਮੇਰੀ ਸਕਿਨ ਜਿਹੜੀ ਉਹ ਟਲਣ ਲੱਗ ਗਈ ਸੀ ਇੱਥੋਂ ਤੱਕ ਬੋਲਿਆ ਗਿਆ ਕਿ ਇਹਨ ਸੋ ਪਰਸੈਂਟ ਚਿਹਰੇ ਨੂੰ ਪਿਆਰ ਕੀਤਾ ਜਾਂਦਾ ਨਾ ਤੇ ਤੁਹਾਡਾ ਇੱਥੇ ਦਿਲ ਦੇਖਿਆ ਜਾਂਦਾ ਨਾ ਤੁਹਾਡੀ ਇਨਸਾਨੀਅਤ ਦੇਖੀ ਜਾਂਦੀ ਆ ਕੰਦ ਚ ਮੇਰਾ ਸਿਰ ਵੱਜਿਆ ਮੈਂ ਮਾਰਿਆ ਮੈਂ ਬਹੁਤ ਰੋਈ ਬੜਾ ਕੜਪੀ ਕਿ ਨਹੀਂ ਮੈਂ ਨਹੀਂ ਰਹਿਣਾ ਹੈਗਾ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੀ ਅਮਨਪ੍ਰੀਤ ਬਠਿੰਡਾ ਵੱਲੋਂ ਪਿਆਰ ਪ੍ਰੀਤ ਸ਼ਸ਼ੀ ਆਕਾਲ ਮੈਂ ਬਠਿੰਡਾ ਦੇ ਰਹਿਣ ਵਾਲੀ ਆ ਮੈਂ ਬੜੀ ਮਤਲਬ ਨੌਰ ਨਾਰਮਲ ਪਰਿਵਾਰ ਦੇ ਵਿੱਚੋਂ ਆਂਗੀ ਕੋਈ ਇਦਾਂ ਹੈ ਨਹੀਂਗਾ ਕਿ ਕੋਈ ਜ਼ਿਆਦਾ ਹਾਈ ਫਾਈ ਪਰਿਵਾਰ ਆ ਮੇਰਾ ਅਸੀਂ ਦੋ ਭੈਣਾਂ ਇੱਕ ਬ੍ਰਦਰ ਤੇ ਮੇਰੇ ਮੰਮੀ ਪਾਪਾ ਅਸੀਂ ਬਠਿੰਡੇ ਦੇ ਰਹਿਣ ਵਾਲੇ ਆ ਤੇ ਅਸੀਂ ਬੜੀ ਮਤਲਬ ਲਾਈਫ ਦੇ ਵਿੱਚ ਖੁਸ਼ ਸੀਗੇ ਜਿੱਦਾਂ ਕਿ ਆਪਾਂ ਕਹਿ ਸਕਦੇ ਆ ਕਿ ਆਮ ਕੁੜੀਆਂ ਦੀ ਜ਼ਿੰਦਗੀ ਸੀ ਨਾ ਜ਼ਿੰਦਗੀ ਹੁੰਦੀ ਆ ਤੇ ਉਦਾਂ ਹੀ ਇੱਕ ਮੇਰੀ ਲਾਈਫ ਇਦਾਂ ਨਹੀਂ ਸੀਗੀ ਕਿ ਮੈਨੂੰ ਕੰਮ ਕਰਨ ਦਾ ਬੜਾ ਮੈਂ ਸ਼ੌਕ ਰੱਖਦੀ ਸੀਗੀ ਮੈਂ ਪੜ੍ਹਾਈ ਤੋਂ ਬਾਅਦ ਮੈਂ میٹرਕ ਕੀਤੀ میٹرਕ ਤੋਂ ਬਾਅਦ ਮੈਂ ਆਪਣਾ ਇੱਕ ਪਾਰਲਰ ਕੀਤਾ ਉਸ ਟਾਈਮ ਦੇ ਵਿੱਚ ਪਾਰਲਰ ਹੁੰਦੇ ਸੀਗੇ ਅੱਜ ਤੋਂ 8 ਸਾਲ ਪਹਿਲਾਂ ਵਿੱਚ ਤੇ ਮੈਂ ਬੜਾ ਮਤਲਬ ਬੜਾ ਮੈਨੂੰ ਕੁਰੇ ਸੀਗਾ ਕਿ ਮੈਂ ਆਪਣਾ ਕੰਮ ਕਰਾਂ ਸਾਡੇ ਘਰ ਦੇ ਹਾਲਾਤ ਇਦਾਂ ਦੇ ਸੀਗੇ ਮੈਨੂੰ ਇਦਾਂ ਹੁੰਦਾ ਸੀਗਾ ਕਿ ਮੈਂ ਇੱਕ ਗਰੀਬੀ ਨੂੰ ਲੈ ਕੇ ਥੋੜਾ ਜਿਹਾ ਮੈਨੂੰ ਹੁੰਦਾ ਹੀ ਆ ਮੋਸਟਲੀ ਕੁੜੀਆਂ ਨੂੰ ਕਿ ਸਾਡੇ ਆ ਦਿਨ ਚੇਂਜ ਆ ਜਾਣਾ ਆ ਦਿਨ ਚੇਂਜ ਆ ਜਾਣਾ ਤੇ ਮੇਰੀ ਸਿਸਟਰ ਦਾ ਤੇ ਮੇਰਾ ਇੱਕੋ ਹੀ ਮਤਲਬ ਸੀਗਾ ਕਿ ਅਸੀਂ ਆਪਣੇ ਘਰ ਦੇ ਹਾਲਾਤ ਮਤਲਬ ਜਿਹੜੇ ਹੈਗੇ ਉਹ ਚੇਂਜ ਕਰਨੇ ਆ ਮੇਰੀ ਮੰਮਾ ਹੈਗੇ ਸੀਗੇ ਜੀ ਪੈਰਾਲਾਈਜ਼ ਦੇ ਮਰੀਜ਼ ਮੇਰੀ ਮੰਮਾ ਨੂੰ ਪੈਰਾਲਾਈਜ਼ ਹੋ ਗਿਆ ਸੀਗਾ ਮੇਰੀ ਮੰਮੀ 3 ਮੰਥ ਬੈਡ ਰੈਸਟ ਕੀਤੀ ਉਹਨਾਂ ਨੇ ਬੈਡ ਤੇ ਰਹਿ ਮੇਰੇ ਜਿਹੜੇ ਡੈਡੀ ਨੇ ਮੇਰੇ ਡੈਡੀ ਹੈਗੇ ਸੀਗੇ ਜੀ ਹਰਟ ਦੇ ਮਰੀਜ਼ ਡੇੜੀ ਨੂੰ ਵੀ ਪ੍ਰੋਬਲਮ ਆ ਗਈ ਸੀ ਘਰ ਦੇ ਵਿੱਚ ਮੈਂ ਮੇਰਾ ਬ੍ਰਦਰ ਤੇ ਮੇਰੀ ਸਿਸਟਰ ਸੀਗੇ ਅਸੀਂ ਕਮਾਣ ਵਾਲੇ ਅਸੀਂ ਕਾਫੀ ਮਤਲਬ ਮਿਹਨਤ ਕੀਤੀ ਦੋਨਾਂ ਭੈਣਾਂ ਨੇ ਤੇ ਬ੍ਰਦਰ ਨੇ ਅਸੀਂ ਆਪਣੇ ਘਰ ਦੇ ਹਾਲਾਤ ਵੀ ਚੇਂਜ ਕੀਤੇ ਗਰੀਬੀ ਵੀ ਦੂਰ ਕੀਤੀ ਦੁੱਖਾਂ ਨਾਲ ਵੀ ਅਸੀਂ ਜਿਹੜੀਆਂ ਹੈਗੀਆਂ ਸੋ ਉਹਨਾਂ ਨਾਲ ਵੀ ਸਾਹਮਣਾ ਕੀਤਾ ਤਾਂ ਸਾਡੀ ਲਾਈਫ ਵਧੀਆ ਹੋ ਗਈ ਸੀਗੀ ਅਸੀਂ ਆਪਦੇ ਪਰਿਵਾਰ ਦੇ ਵਿੱਚ ਪੰਜੇ ਛੇ ਜਾਣੇ ਅਸੀਂ ਬਹੁਤ ਖੁਸ਼ ਸੀਗੇ ਪਰ ਲਾਈਫ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਕਈ ਵਾਰੀ ਤੁਸੀਂ ਜੋ ਕਦੇ ਸੋਚਦੇ ਵੀ ਨਹੀਂ ਤੁਹਾਡੀ ਲਾਈਫ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ ਨਾਲੇ ਮੈਨੂੰ ਆਪਣੇ ਚਿਹਰੇ ਨਾਲ ਬੜਾ ਪਿਆਰ ਸੀਗਾ ਮੋਸਟਲੀ ਸਾਰੀਆਂ ਕੁੜੀਆਂ ਨੂੰ ਹੁੰਦਾ ਹੀ ਆ ਤੁਹਾਨੂੰ ਖੁਦ ਨੂੰ ਪਤਾ ਜਦੋਂ ਇੱਕ ਬਿਊਟੀਸ਼ੀਅਨ ਦੇ ਲਾਈਨ 'ਚ ਆ ਜਾਉ ਤਾਂ ਉਹ ਚੀਜ਼ ਇੱਦਾਂ ਹੋ ਜਾਂਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਬੜਾ ਕੈਰੀ ਕਰਕੇ ਤੁਹਾਨੂੰ ਰੱਖਣਾ ਪੈਂਦਾ ਤੇ ਮੈਨੂੰ ਵੀ ਇੱਦਾਂ ਹੀ ਸੀਗਾ ਮੈਨੂੰ ਲੀੜੇ ਕੱਪੜੇ ਪਾਣ ਦਾ ਆਪਣੇ ਆਪ ਨੂੰ ਜਿੱਦਾਂ ਹੁੰਦਾ ਕੁੜੀਆਂ ਨੂੰ ਸੋਨਾ ਬਣਾ ਕੇ ਰੱਖਣਾ ਮੇਰੀ ਉਹ ਉਹਦਾ ਨਹੀਂ ਥਿੰਕਿੰਗ ਸੀਗੀ ਤੇ ਮੈਂ ਆਪਣੇ ਆਪ ਨੂੰ ਬੜਾ ਪਿਆਰ ਕਰਦੀ ਸੀਗੀ ਇੱਕ ਦਿਨ ਇੱਦਾਂ ਦਾ ਹੋਇਆ 2011 31 ਜਨਵਰੀ ਮੇਰੀ ਸਿਸਟਰ ਮੇਰੇ ਤੋਂ ਵੱਡੇ ਨੇ ਅਸੀਂ ਮੇਰੀ ਸਿਸਟਰ ਦੀ ਮੈਰਿਜ ਕੀਤੀ ਸੀਗੀ 2009 ਦੇ ਵਿੱਚ ਸਾਡੇ ਰਿਸ਼ਤੇਦਾਰਾਂ ਨੇ ਮੇਰੀ ਸਿਸਟਰ ਦੀ ਮਤਲਬ ਮੈਰਿਜ ਕਰਵਾਈ ਸੀਗੀ 2009 ਦੇ ਵਿੱਚ ਮੇਰੀ ਸਿਸਟਰ ਦੀ ਮੈਰਿਜ ਹੋਈ ਸੀਗੀ ਪਿੰਡ ਮੁੱਲਾਪੁਰ ਦਾਖਾਂ ਕੋਲੇ ਤੁਸੀਂ ਸੁਣੇ ਹੋਣਾ ਲੁਧਿਆਣਾ ਲੁਧਿਆਣੇ ਦੇ ਕੋਲੇ ਹੈਗਾ ਸੀ ਪਿੰਡ ਮੋਹੀ ਮੋਹੀ ਤੋਂ ਸਾਨੂੰ ਰਿਸ਼ਤਾ ਆਇਆ ਤਾਂ ਕਹਿੰਦੇ ਹੁੰਦੇ ਆ ਕਿ ਸਾਨੂੰ ਨਹੀਂ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਕੋਈ ਵੀ ਕੰਮ ਕਰਦੇ ਆ ਆਪ ਨੂੰ ਇਦਾਂ ਹੁੰਦਾ ਆਪਾਂ ਚੰਗਾ ਸੋਚ ਕੇ ਕਰਦੇ ਆ ਤੇ ਸਾਨੂੰ ਇਦਾਂ ਹੋਇਆ ਕਿ ਸਾਨੂੰ ਚੰਗਾ ਰਿਸ਼ਤਾ ਮਿਲਦਾ ਪਿਆ ਸੀ ਮੇਰੀ ਸਿਸਟਰ ਦੀ ਮੈਰਿਜ ਕਰਤੀ ਮੈਰਿਜ ਕਰਤੀ 1.5 ਸਾਲ ਬਾਅਦ ਮੇਰੇ ਜੀਜੇ ਨੇ ਹੀ ਮੇਰੇ ਤੇ ਮਤਲਬ ਕਹਿੰਦੇ ਹੁੰਦੇ ਗੰਦ ਕੀ ਸਾਡੇ ਕਈਆਂ ਲੋਕਾਂ ਦੇ ਵਿੱਚ ਇਦਾਂ ਨਹੀਂ ਹੁੰਦੀ ਗੰਦ ਕੀ ਉਹਨਾਂ ਨੇ ਮੈਨੂੰ ਲਾਇਕ ਕਰਨਾ ਸਟਾਰਟਿੰਗ ਕਰਤਾ ਕੋਈ ਵੀ ਤੁਸੀਂ ਅੱਜ ਦੇ ਟਾਈਮ ਵਿੱਚ ਦੇਖ ਲਓ ਕੋਈ ਵੀ ਭੈਣ ਇਦਾਂ ਨਹੀਂ ਹੁੰਦੀ ਹੈਗੀ ਕਿ ਇੱਕ ਭੈਣ ਭੈਣ ਦਾ ਘਰ ਖਰਾਬ ਕਰ ਦੇ ਕਿਉਂਕਿ ਮੈਨੂੰ ਆਪਣੇ ਪਰਿਵਾਰ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਹੁੰਦਾ いや ਸਾਰੀਆਂ ਕੁੜੀਆਂ ਨੂੰ ਹੁੰਦਾ ਇਕੱਲਾ ਇਹ ਨਹੀਂ ਹੈਗਾ ਇਕੱਲੀ ਅਮਨੀ ਇਦਾਂ ਦੀ ਆ ਤਾਂ ਅਸੀਂ ਮਤਲਬ ਬੜੇ ਚਾਵਾਂ ਨਾਲ ਮੇਰੀ ਸਿਸਟਰ ਦੀ ਮੈਰਿਜ ਕੀਤੀ ਡੇਢ ਸਾਲ ਬਾਅਦ ਉਹਦੇ ਮਨ ਦੇ ਵਿੱਚ ਇਦਾਂ ਦੀ ਕੋਈ ਹਰਕਤ ਆਈ ਮੈਨੂੰ ਮਤਲਬ ਲਾਈਕ ਕਰਨ ਲੱਗ ਗਿਆ ਇੱਥੋਂ ਤੱਕ ਕਹਿਣ ਲੱਗ ਗਿਆ ਮੇਰਾ ਜੀਜਾ ਕੀ ਮੈਂ ਦੋਨਾਂ ਨਾਲ ਹੀ ਮਤਲਬ ਮੇਰੀ ਸਿਸਟਰ ਨਾਲ ਤਾਂ ਮੈਰਿਜ ਹੋਈ ਸੀਗੀ ਉਹਦੀ ਉਹਨੂੰ ਇਦਾਂ ਹੋ ਗਿਆ ਕਿ ਮੈਂ ਇਹਨੂੰ ਵੀ ਵਿਆਹ ਕੇ ਲੈ ਕੇ ਜਾਣਾ ਕਹਿੰਦੇ ਹੁੰਦੇ ਆ ਕਿ ਉਹਦੀਆਂ ਹਰਕਤਾਂ ਇਦਾਂ ਆ ਗਈਆਂ ਮੈਨੂੰ ਇਦਾਂ ਹੋਇਆ ਕਿ ਜੀਜਾ ਸਾਲੀ ਦਾ ਰਿਸ਼ਤਾ ਮਜ਼ਾਕ ਕਰਦਾ ਮੈਂ ਹਮੇਸ਼ਾ ਉਹਦੀਆਂ ਗੱਲਾਂ ਨੂੰ ਇਗਨੋਰ ਕੀਤਾ ਮਜ਼ਾਕ ਦੇ ਵਿੱਚ ਲੱਤਾਂ ਵੀ ਕੋਈ ਨਾ ਅੱਜ ਨਾ ਕੱਲ ਅੱਜ ਨਾ ਕੱਲ ਚੇਂਜ ਹੋ ਜੇ ਹਨਾ ਹੁੰਦਾ ਹੀ ਆ ਮੋਸਟਲੀ ਕੁੜੀਆਂ ਨੂੰ ਕਿ ਮੇਰੀ ਭੈਣ ਤੱਕ ਇਹ ਗੱਲ ਨਾ ਜਾਵੇ ਜਾਂ ਮੇਰੇ ਡੈਡੀ ਮੰਮੀ ਤੱਕ ਗੱਲ ਨਾ ਜਾਵੇ ਸਾਡੇ ਪੰਜਾਬੀਆਂ ਦੀ ਕਹਾਵਤਾਂ ਕੀ ਕਹਿੰਦੇ ਹੁੰਦੇ ਆ ਕਿ ਧੀ ਦੇ ਕੇ ਇੱਕ ਪੁੱਤ ਲਿਆ ਮੇਰੇ ਮੰਮੀ ਡੈਡੀ ਉਹਨੂੰ ਬਹੁਤ ਪਿਆਰ ਕਰਦੇ ਸੀਗੇ ਤੇ ਮੇਰੇ ਡੈਡੀ ਮੰਮੀ ਦੀ ਥਿੰਕਿੰਗ ਇਹੀ ਸੀਗੀ ਕਿ ਸਾਡੇ ਇੱਕ ਨਹੀਂ ਸਾਡੇ ਦੋ ਬੱਚੇ ਨੇ ਹਨਾ ਉਹਨਾਂ ਨੇ ਜਿੱਦਾਂ ਮੇਰੇ ਬ੍ਰਦਰ ਨੂੰ ਪਿਆਰ ਕਰਨਾ ਉਦਾਂ ਹੀ ਉਹਨੂੰ ਕਰਨਾ ਜਦੋਂ ਉਹਨੇ ਸਾਡੇ ਕੋਲ ਆਣਾ ਤਾਂ ਸਾਨੂੰ ਇੱਕ ਚਾ ਚੜ ਜਾਣਾ ਜਿੱਦਾਂ ਕਿ ਇੱਕ ਨਵਾਂ ਰਿਸ਼ਤਾ ਸੀਗਾ ਠੀਕ ਹੈ ਇੱਕ ਜਵਾਈ ਸੀ ਉਸ ਘਰ ਦਾ ਸਾਡੇ ਪੰਜਾਬੀ ਬੜਾ ਇਹਨਾਂ ਚੀਜ਼ਾਂ ਨੂੰ ਮਾਨ ਦਿੰਦੇ ਨੇ ਕਿ ਸਾਡੇ ਇਸ ਘਰ ਦਾ ਜਵਾਈ ਆ ਅਸੀਂ ਉਦਾਂ ਹੀ ਉਹਦੀ ਕੇਅਰ ਕਰਨੀ ਉਦਾਂ ਹੀ ਸਾਨੂੰ ਚਾ ਚੜ ਜਾਣਾ ਜਿੱਦਾਂ ਹੁੰਦਾ ਹੀ ਆ ਮੋਸਟਲੀ ਹਰ ਇੱਕ ਦੇ ਘਰ ਦੇ ਵਿੱਚ ਇਹ ਜੋ ਹੁੰਦੀਆਂ ਚਾਹੇ ਨੋ ਆਜੇ ਚਾਹੇ ਮਤਲਬ ਆਪਾਂ ਕਿਸੇ ਕੁੜੀ ਦੀ ਮੈਰਜ ਕਰਦੀਏ ਸਾਡੀ ਇਹੀ ਪਰਿਵਾਰ ਦੀ ਥਿੰਕਿੰਗ ਸੀਗੀ ਸਾਨੂੰ ਇਦਾਂ ਹੁੰਦਾ ਸੀ ਕਿ ਨਹੀਂ ਠੀਕ ਆ ਮੇਰੀ ਸਿਸਟਰ ਉਹਦੇ ਘਰ ਬਹੁਤ ਖੁਸ਼ ਸੀਗੀ ਬਾਕੀ ਉਹਦੀ ਫੈਮਿਲੀ ਸਾਨੂੰ ਚੰਗਾ ਸਪੋਰਟ ਕਰਦੀ ਸੀਗੀ ਪਰ ਸਾਡੇ ਮਨ ਦੇ ਵਿੱਚ ਕਦੇ ਇਹਦਾ ਸੋਚ ਹੀ ਨਹੀਂ ਸੀ ਸਕਦੇ ਕਿ ਉਹਦੇ ਦਿਲ ਦੇ ਵਿੱਚ ਮੇਰੇ ਪ੍ਰਤੀ ਵੀ ਇਹ ਚੀਜ਼ ਹੈਗੀ ਆ ਜਦੋਂ ਉਹਨੇ ਉਹਦੀਆਂ ਗਲਤੀਆਂ ਮੈਂ ਇਗਨੋਰ ਕਰਦੀ ਰਹੀ ਮੇਰੀ ਕੋ ਗਲਤੀ ਇਹ ਰਹੀ ਕਿ ਮੈਂ ਆਪਣੀ ਭੈਣ ਤੱਕ ਉਹ ਗੱਲ ਨਹੀਂ ਰੱਖੀ ਮੇਰੀ ਗਲਤੀ ਇਹ ਰਹੀ ਕਿ ਮੈਂ ਆਪਣੇ ਮੰਮੀ ਡੈਡੀ ਕੋਲੋਂ ਗੱਲ ਨਹੀਂ ਕੀਤੀ ਮੈਨੂੰ ਇਦਾਂ ਸੀਗਾ ਕਿ ਮੇਰੀਆਂ ਨਾ ਗਲਤੀਆਂ ਕਰਕੇ ਕਿਤੇ ਮੇਰਾ ਪਰਿਵਾਰ ਨਾ ਟੁੱਟ ਜਾਏ ਮੇਰੀ ਭੈਣ ਨਾ ਟੁੱਟ ਜਾਏ ਵੀ ਸ਼ਾਇਦ ਉਹ ਚੇਂਜ ਹੋ ਜਾਏ ਮੇਰੀ ਦੀਦੀ ਦੇ ਘਰ ਉਹਦੇ ਬੱਚਾ ਹੋਣ ਵਾਲਾ ਸੀਗਾ ਤਾਂ ਮੇਰਾ ਕੰਟੀਨਿਊ ਮੇਰੀ ਇਹੀ ਵਰਕ ਹੁੰਦਾ ਸੀਗਾ ਸਵੇਰੇ ਅਸੀਂ 8:30-9 ਵਜੇ ਅਸੀਂ ਮੇਰਾ ਬਟਿੰਡੇ ਦੇ ਵਿੱਚ ਪਾਰਲਰ ਸੀਗਾ ਉਸ ਟਾਈਮ ਦੇ ਵਿੱਚ ਪਾਰਲਰ ਹੀ ਹੁੰਦੇ ਸੀ ਅੱਜ ਦੇ ਟਾਈਮ ਦੇ ਵਿੱਚ ਤਾਂ ਕਾਫੀ ਵੱਡੇ ਵੱਡੇ ਸਲੂਨ ਖੁੱਲ੍ਹ ਗਏ ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਤੁਸੀਂ ਇੱਕ ਘਰ ਦਾ ਗੁਜ਼ਾਰਾ ਕਰਦੇ ਸੀ ਮੈਂ ਇੱਕ ਘਰ ਦਾ ਗੁਜ਼ਾਰਾ ਕਰਦੀ ਸੀ ਮੈਨੂੰ ਬੜਾ ਬਚੰਗਾ ਲੱਗਦਾ ਹੁੰਦਾ ਸੀਗਾ ਕਿ ਮੈਂ ਆਪਣੇ ਘਰ ਦੇ ਹਾਲਾਤ ਚੇਂਜ ਕਰਨੇ ਨੇ ਇੱਕ ਮੈਨੂੰ ਖੁਸ਼ੀ ਮਿਲਦੀ ਹੁੰਦੀ ਸੀਗੀ ਕਿ ਅਸੀਂ ਵੀ ਇਸ ਲੈਵਲ ਤੋਂ ਜਾ ਕੇ ਅਸੀਂ ਉੱਥੇ ਜਾਣਾ ਸਾਡੀ ਦੋਨਾਂ ਭੈਣਾਂ ਦੀ ਇਹੀ ਮਤਲਬ ਹੋ ਹੈਗੀ ਸੀਗੀ ਰੁਟੀਨ ਮੈਂ ਆਪਣੀ ਮੰਮਾ ਨੂੰ ਵੀ ਨਾਲ ਲੈ ਜਾਣਾ ਕਿਉਂਕਿ ਮੇਰੀ ਮੰਮਾ ਨੂੰ ਦਰੰਗ ਹੋ ਗਿਆ ਸੀਗਾ ਤੇ ਉਹਨਾਂ ਦੀ ਕੇਅਰ ਕਰਨ ਵਾਲਾ ਕੋਈ ਨਹੀਂ ਸੀਗਾ ਦੀਦੀ ਦੀ ਮੈਰਸ ਤੋਂ ਬਾਅਦ ਇੱਕ ਦਿਨ ਇਦਾਂ ਦਾ ਆਇਆ 31 ਜਨਵਰੀ 2011 ਨੂੰ ਮੇਰੇ ਜੀਜੇ ਨੇ ਇਤਾਂ ਦੀ ਮੇਰੇ ਨਾਲ ਹਰਕਤ ਕੀਤੀ ਉਸ ਟਾਈਮ ਉਹਨੇ ਕੰਟੀਨਿਊ ਮੈਨੂੰ 7-8 ਫੋਨ ਕੀਤੇ ਵੀ ਤੁਸੀਂ ਕਿੱਥੇ ਹੋ ਸੋਨੂੰ ਕੀ ਕਰਦੇ ਹੋ ਕੀ ਨਾ ਕਰਦੇ ਹੋ ਮੇਰੇ ਮਨ ਦੇ ਵਿੱਚ ਤਾਂ ਕਦੇ ਇਹ ਸੋਚ ਹੀ ਨਹੀਂ ਸਕਦੀ ਸੀ ਵੀ ਉਹ ਮੈਨੂੰ ਬਾਰੀ-ਬਾਰੀ ਕਿਉਂ ਪੁੱਛ ਰਿਹਾ ਮੈਂ ਵਿਚਾਰੀ ਭੋਲੀ ਮੈਂ ਦੱਸਦੀ ਪਈਆਂ ਕਿ ਅਸੀਂ ਇੱਥੇ ਆ ਅਸੀਂ ਇੰਨੇ ਟਾਈਮ ਤੇ ਘਰ ਜਾਣਾ ਇੰਨੇ ਟਾਈਮ ਤੇ ਘਰ ਜਾਣਾ ਤੁਹਾਨੂੰ ਪਤਾ ਹੀ ਹੈ ਮੋਸਟਲੀ ਸਾਰਿਆਂ ਨੂੰ ਕਿ ਜਨਵਰੀ ਦੇ ਦਿਨ ਛੋਟੇ ਹੁੰਦੇ ਨੇ ਤੇ ਧੁੰਦ ਵਗੈਰਾ ਹੁੰਦੀ ਆ ਤੇ ਇਦਾਂ ਹੁੰਦਾ ਸੀਗਾ ਕਿ ਚਲੋ ਟਾਈਮ ਨਾ ਸੀ ਘਰ ਜਾਈਏ 7:30 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਤੇ ਮੇਰੀ ਮੰਮੀ ਅਸੀਂ ਘਰ ਨੂੰ ਜਾਂਦੇ ਪਏ ਸੀ ਦੁਕਾਨ ਬੰਦ ਕਰਕੇ ਉਸ ਬੰਦੇ ਨੇ ਕੀ ਕੀਤਾ ਅਸੀਂ ਪਾਵਰ ਹਾਊਸ ਰੋੜ ਰਹੇ ਹੁੰਦੇ ਸੀ ਬਠਿੰਡਾ ਦੇ ਵਿੱਚ ਅਸੀਂ ਉਸ ਟਾਈਮ ਦੇ ਵਿੱਚ ਰਿਕਸ਼ਤੇ ਸੀ ਗਿਆ ਮੈਂ ਤੇ ਮੇਰੀ ਮੰਮੀ ਰਿਕਸ਼ੇ ਤੇ ਅਸੀਂ ਘਰ ਜਾਂਦੇ ਪਏ ਤਾਂ ਉਸ ਬੰਦੇ ਨੇ ਕੀ ਕੀਤਾ ਮੇਰੇ ਕੋਲੋਂ ਦੀ ਲੰਘ ਕੇ ਮੇਰੀ ਸਿਸਟਰ ਤੋਂ ਹਮ ਦੱਸਿਆ ਕਿ ਲੁਧਿਆਣਾ ਪਿੰਡ ਮੋਹੀ ਵਿਆਹੀ ਹੋਈ ਸੀ ਉੱਥੋਂ ਲੈ ਕੇ ਬੰਦਾ ਲੁਧਿਆਣੇ ਤੋਂ ਸਪੈਸ਼ਲ ਬਠਿੰਡੇ ਆਇਆ ਮੇਰੇ ਤੇ ਤਜਾਪ ਪਾਣ ਉਹਨਾਂ ਨੇ ਕੀ ਕੀਤਾ ਉਹਨੇ ਇੱਕ ਪਲੈਨਿੰਗ ਕੀਤੀ ਗੇਮ ਕੀਤੀ ਪੂਰਾ ਉਹਨੇ ਆਪਣਾ ਬਚਾਅ ਕੀਤਾ ਹੋਇਆ ਸੀ ਸਰਦਾਰ ਸੀ ਸਰਦਾਰੀ ਇਹ ਜੇ ਮੈਨੂੰ ਸ਼ਰਮ ਆਂਦੀ ਪਈ ਉਹਨੂੰ ਸਰਦਾਰ ਬੋਲਦੇ ਹੋਏ ਉਹਨਾਂ ਨੇ ਜਿਹੜੀ ਆਪਣੇ ਪੱਗ ਬੰਨੀ ਸੀ ਪਾਗੋਣੇ ਚੱਕ ਕੇ ਆਪਣੇ ਪੋਲੀਥੀਨ ਦੇ ਵਿੱਚ ਪਾ ਲਈ ਜੋ ਇੱਕ ਮੌਨਕੀ ਕੈਪ ਹੁੰਦੀ ਆ ਉਹਨੇ ਆਪਣਾ ਚਿਹਰਾ ਪੂਰਾ ਲੁਕੋ ਲਿਆ ਸੀਗਾ ਕਿ ਮੈਨੂੰ ਪਛਾਣਿਆ ਨਾ ਜਾਵੇ ਤਾਂ ਉਹਨ ਇੱਕ ਮੌਨਕੀ ਕੈਪ ਰਾਹੀਂ ਆਪਣੇ ਆਪ ਨੂੰ ਬਚਾ ਕੀਤਾ ਆਪਣੇ ਹੱਥਾਂ ਤੇ ਦਸਤਾਨੇ ਪਾਏ ਤਾਂ ਉਹਨਾਂ ਨੇ ਆਪਣੇ ਬਠਿੰਡੇ বাস ਸਟੈਂਡ ਦੇ ਵਿੱਚੋਂ ਕੱਪ ਖਰੀਦਿਆ ਕੱਪ ਦੇ ਵਿੱਚ ਐਸਿਡ ਪਾਇਆ ਜਿਹੜਾ ਕਿ ਉਹਨਾਂ ਨੇ ਮੇਰੇ ਘਰ ਦੇ ਕੋਲ ਆ ਕੇ ਇੱਥੋਂ ਤੱਕ ਉਹ ਬੰਦੇ ਨੇ ਇੰਨੀ ਸ਼ਰਮ ਨਾ ਮੰਨੀ ਕਿ ਜਿਹੜੀ ਮਾਂ ਦਾ ਮੂੰਹ ਸੁੱਕ ਜਾਂਦਾ ਸੀਗਾ ਪੁੱਤ ਪੁੱਤ ਕਰਦੇ ਦਾ ਵੀ ਕਮ ਸੇ ਕਮ ਉਹਦੀ ਲਿਆਜ ਰੱਖ ਲੈਂਦਾ ਉਹਦੀ ਦੁਸ਼ਮਣੀ ਮੇਰੇ ਨਾਲ ਸੀ ਕਿ ਮੇਰੀ ਗਲਤੀ ਇਹ ਰਹੀ ਕਿ ਮੈਂ ਉਹਦੀ ਗਲਤੀ ਦਾ ਮੁੜ ਕੇ ਜਵਾਬ ਦਿੱਤਾ ਉਹਦੇ ਥੱਪਣ ਮਾਰਿਆ ਉਹਨੇ ਜਿੰਨਾ ਵੀ ਐਸਿਡ ਸੀਗਾ ਮੇਰੇ ਫੇਸ ਤੇ ਪਾਤਾ ਮੇਰੇ ਤੋਂ ਬੱਚਾ ਮੇਰੀ ਮੰਮੀ ਤੇ ਪੈ ਗਿਆ ਮੰਮੀ ਦੇ ਦੋਨਾਂ ਹੱਥਾਂ ਦੇ ਪਿਆ ਮੰਮੀ ਦਾ ਥੋੜਾ ਜਿਹਾ ਫੇਸ ਤੇ ਪਿਆ ਪਰ ਪ੍ਰਮਾਤਮਾ ਦੀ ਕਿਰਪਾ ਕਰਕੇ ਕਿ ਮੰਮੀ ਦੀਆਂ ਅੱਖਾਂ ਵਗੈਰਾ ਜੋ ਉਹਨਾਂ ਦਾ ਫੇਸ ਠੀਕ ਹੋ ਗਿਆ ਉਹਨਾਂ ਦਾ ਵੀ ਇਲਾਜ ਚੱਲਿਆ ਡੀਐਮਸੀ ਲੁਧਿਆਣੇ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਮੈਨੂੰ ਪਤਾ ਹੀ ਨਹੀਂ ਸੀ ਮੇਰੀ ਉਮਰ ਹੈਗੇ ਸੀਗੀ ਸਾਰੇ 21 ਸਾਲ ਮੈਨੂੰ ਤਜਾਬ ਬਾਰੇ ਕੁਝ ਪਤਾ ਹੀ ਨਹੀਂ ਸੀਗਾ ਕਿ ਤਜਾਬ ਕੀ ਹੁੰਦਾ ਜਾਂ ਇਹਦੀਆਂ ਆ ਚੀਜ਼ਾਂ ਵੀ ਹੁੰਦੀਆਂ ਤਾਂ ਤੁਹਾਨੂੰ ਖੁਦ ਨੂੰ ਪਤਾ ਕਿ ਜਦੋਂ ਪੂਰੇ ਦਾ ਪੂਰਾ ਕੱਪ ਤੁਹਾਡੇ ਫੇਸ ਤੇ ਡੁੱਲ ਜਾਂਦਾ ਤੇ ਤੁਹਾਨੂੰ ਕਿੰਦਾ ਦਰਦ ਹੁੰਦਾ ਹੋਏਗਾ ਨਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਉਹ ਮੈਂ ਤੁਹਾਨੂੰ ਆਪਣਾ ਇੱਕ ਦਰਦ ਦੱਸ ਸਕਾਂ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੇਰੇ ਤੇ ਐਸਿਡ ਪਾਇਆ ਆਪਣੇ ਭਾਂਜੇ ਨੂੰ ਨਾਲ ਲੈ ਕੇ ਆਇਆ ਉਹਦੀ ਵੱਡੀ ਸਿਸਟਰ ਦਾ ਬੇਟਾ ਨਾਲ ਆਇਆ ਉਹ ਤਾਂ ਭਾਂਜੇ ਨੇ ਮੋਟਰਸਾਈਕਲ ਚ ਲਾਇਆ ਤੇ ਉਸ ਬੰਦੇ ਨੇ ਹੈਪੀ ਨੇ ਮੇਰੇ ਫੇਸ ਤੇ ਪੂਰੇ ਦਾ ਪੂਰਾ ਮੇਰੇ ਤੇ ਤਜਾਬ ਪਾਤਾ ਉਸ ਤੋਂ ਬਾਅਦ ਮੈਨੂੰ ਬੇਹੋਸ਼ੀ ਹੋਣ ਲੱਗੀ ਦਰਦ ਤਾਂ ਮੈਂ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਮੈਂ ਤੁਹਾਨੂੰ ਕਿੱਦਾਂ ਦੱਸ ਸਕਦੀ ਆ ਤਾਂ ਮੈਂ ਬੇਹੋਸ਼ ਹੋ ਗਈ ਸਾਡੇ ਘਰ ਦੇ ਵਿੱਚ ਹੀ ਮੈਂ ਇੰਨੇ ਪੰਜਾਬੀ ਜਿਵੇਂ ਹੁੰਦੀਆਂ ਪੰਜਾਬੀਆਂ ਦੇ ਕੁੜੀਆਂ ਉਹਦੇ ਪਿੱਛੇ ਭੱਜੀ ਵੀ ਵੇਖਾਂ ਦਾ ਸੀ ਕੌਣ ਆ ਕੌਣ ਨਹੀਂ ਕਿਉਂਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਉਸ ਟਾਈਮ ਉਹਦਾ ਫੇਸ ਇੰਨਾ ਕਵਰ ਕੀਤਾ ਹੋਇਆ ਸੀ ਮੈਂ ਪਹਿਚਾਣ ਨਹੀਂ ਸਕੇ ਕਿ ਇਹ ਉਹੀ ਬੰਦਾ ਜਿਹਨੂੰ ਕਿ ਤੁਸੀਂ ਇੰਨਾ ਇੱਜ਼ਤ ਦਿਨਿਓ ਇੰਨਾ ਪਿਆਰ ਦਿਨਿਓ ਤੇ ਅੱਜ ਉਹੀ ਤੇਰੀ ਇੱਕ ਜ਼ਿੰਦਗੀ ਖੇਰੂ ਖੇਰੂ ਕਰਕੇ ਚੱਲਿਆ ਅੱਧਾ ਘੰਟੇ ਬਾਅਦ ਉੱਥੇ ਕਾਫੀ ਮਤਲਬ ਰੌਲਾ ਪੈ ਗਿਆ ਕਿ ਆਹ ਕੀ ਚੀਜ਼ ਹੋ ਗਈ ਆਹ ਕੀ ਚੀਜ਼ ਹੋਈ ਜਦੋਂ ਮਤਲਬ ਮੇਰੇ ਇੱਥੇ ਅਸਰ ਪਿਆ ਮੈਨੂੰ ਇੱਕ ਟਾਈਮ ਤਾਂ ਇਹ ਲੱਗਿਆ ਕਿ ਕਿਸੇ ਨੇ ਮੇਰੇ ਤੇ ਪਾਣੀ ਢੋਲਤਾ ਘਰ ਮੈਂ ਜਾ ਕੇ ਕਿਸੇ ਨੇ ਦੁੱਧ ਵਗੈਰਾ ਪਾਤਾ ਜਦੋਂ ਕਾਫੀ ਮੇਰੀ ਤੜਫ ਫੀਲ ਹੋਈ ਫਿਰ ਕਾਫੀ ਨੂੰ ਪਤਾ ਲੱਗਿਆ ਕਿ ਇਦਾਂ ਕਰਕੇ ਇਹ ਕੁੜੀ ਤੇ ਤਜਾਬ ਪਾਤਾ ਮੇਰੇ ਫਾਦਰ ਨੂੰ ਫੋਨ ਕੀਤਾ ਸਾਡੇ ਆਣਗਮਾਨ ਨੇ ਵੀ ਇਦਾਂ ਦਾ ਕਰਕੇ ਘਰੇ ਆਜੋ ਤੁਸੀਂ ਸੋਨ ਨੂੰ ਤੇ ਤੇ ਕਿਸੇ ਦੀ ਉਹਨਾਂ ਦੀ ਮੰਮੀ ਤੇ ਤਜਾਬ ਪਾਤਾ ਫਿਰ ਕਾਫੀ ਮਤਲਬ ਸਾਡੇ ਬਠਿੰਡੇ ਦੇ ਵਿੱਚ ਕਹਿੰਦੇ ਹੁੰਦੇ ਹੁਲੀਆ ਮਚ ਗਿਆ ਕਿ ਆਹ ਚੀਜ਼ ਕੀ ਹੋ ਗਈ ਕਿਉਂਕਿ ਪੰਜਾਬ ਦੇ ਵਿੱਚ ਪਹਿਲਾ ਕੇਸ ਮੇਰੇ ਨਾਲ ਸੀਗਾ ਹੋਰ ਆਪਾਂ ਦਿੱਲੀ ਦੇ ਵਿੱਚ ਜਾਂ ਜੁਪੀ ਵਿਹਾਰ ਦੇ ਵਿੱਚ ਇਹ ਚੀਜ਼ਾਂ ਸੁਣੀਆਂ ਸੀਗੀਆਂ ਪਰ ਪੰਜਾਬ ਦੇ ਵਿੱਚ ਪਹਿਲਾ ਕੇਸ ਮੇਰੇ ਨਾਲ ਸੀਗਾ ਉਸ ਤੋਂ ਬਾਅਦ ਸਾਨੂੰ ਬਾਦੀ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਜਿੱਥੇ ਕਿ ਮੈਨੂੰ ਦਿਖਣਾ ਬੰਦ ਹੋ ਗਿਆ ਮੈਂ ਆਪਣੇ ਫਾਦਰ ਸਾਹਿਬ ਨੂੰ ਇੱਕੋ ਗੱਲ ਕਹਿ ਰਹੀ ਆ ਕਿ ਡੈਡੀ ਮੈਨੂੰ ਦਿਖਦਾ ਨਹੀਂ ਪਿਆ ਡੈਡੀ ਮੈਨੂੰ ਦਿਖਦਾ ਨਹੀਂ ਪਿਆ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਬੇਟੇ ਮੇਰੀ ਇੱਕ ਕਜ਼ਨ ਸਿਸਟਰ ਪੂਨਮ ਸੂਦ ਉਸ ਟਾਈਮ ਬਠਿੰਡੇ ਆ ਗਏ ਹੋਏ ਸੀਗੇ ਜਿਨ੍ਹਾਂ ਨੇ ਮੈਨੂੰ ਕਾਫੀ ਹੈਲਪ ਕੀਤੀ ਮੇਰੀ ਸਿਸਟਰ ਸੋਨ ਨੇ ਇੰਨਾ ਨੇ ਮੈਨੂੰ ਆਪਣੀ ਗੱਡੀ ਦੇ ਵਿੱਚ ਪਾਇਆ ਮੈਨੂੰ ਲੈ ਕੇ ਗਏ ਤਾਂ ਸਾਨੂੰ ਉੱਥੇ ਡਾਕਟਰਾਂ ਨੇ ਹੱਥ ਨਹੀਂ ਪਾਇਆ ਕਹਿੰਦੇ ਜੀ ਪੁਲਸ ਕੇਸ ਆ ਅਸੀਂ ਇਹਨਾਂ ਦੀ ਕੋਈ ਹੈਲਪ ਨਹੀਂ ਕਰ ਸਕਦੇ ਤਾਂ ਮੇਰੀ ਕਜ਼ਨ ਸੋਨ ਪੂਨਮ ਉਹਨਾਂ ਨੇ ਕਿਹਾ ਵੀ ਕਮ ਸੇ ਕਮ ਕੁੜੀ ਨੂੰ ਦਿਖਣਾ ਬੰਦ ਹੋ ਗਿਆ ਕੋਈ ਇੱਕ ਇਦਾਂ ਦੇ ਵੀ ਮਤਲਬ ਆਈ ਡ੍ਰੌਪ ਦੋ ਜਿਹਦੇ ਨਾਲ ਇਹਦੀ ਨਿਗਾ ਬਚ ਜੇ ਕਿਉਂਕਿ ਮੇਰਾ ਫੇਸ 90% ਖਤਮ ਹੋ ਗਿਆ ਸੀਗਾ ਸਾਨੂੰ ਉੱਥੇ ਉਹਨਾਂ ਨੇ ਕੋਈ ਹੱਥ ਨਹੀਂ ਪਾਇਆ ਉਸ ਤੋਂ ਬਾਅਦ ਸਾਨੂੰ ਪੀਜੀਆਈ ਰੈਫਰਲ ਕੀਤਾ ਗਿਆ ਉੱਥੇ ਵੀ ਮੇਰਾ 48 ਘੰਟੇ ਮੈਂ ਪਈ ਰਹੀ ਜੋ ਵੀ ਉਹਨਾਂ ਦੀਆਂ ਫਾਰਮਟੀਆਂ ਸੀ ਉਹਨਾਂ ਨੇ ਉਹ ਕੀਤੀਆਂ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਫਾਦਰ ਸਾਹਿਬ ਨੂੰ ਤੇ ਮੇਰੇ ਫਰੈਂਡ ਸਰਕਲ ਨੂੰ ਵੀ ਕੁੜੀ ਦਾ ਫੇਸ ਖਤਮ ਹੋ ਗਿਆ ਇਹਨੂੰ ਇਹਦੀਆਂ ਅੱਖਾਂ ਵੀ ਗਈਆਂ ਵੀ ਤੁਸੀਂ ਇਹਨੂੰ ਘਰੇ ਲੈ ਜਾਓ ਇਹਦੀ 2-4 ਦਿਨ ਕੇਅਰ ਕਰ ਲਓ ਇਹਦੇ ਵਿੱਚ ਕੁਝ ਨਹੀਂ ਹੈਗਾ ਤਾਂ ਮੇਰੇ ਡੈਡੀ ਨੇ ਕਿਹਾ ਵੀ ਇਦਾਂ ਮੈਂ ਕਿਵੇਂ ਲੈ ਕੇ ਜਾ ਸਕਦਾ ਜਿੰਨਾ ਟਾਈਮ ਇੱਥੋਂ ਨਹੀਂ ਕੁਝ ਹੁੰਦਾ ਮੈਂ ਨਹੀਂ ਲੈ ਕੇ ਜਾ ਸਕਦਾ ਮੇਰੀ ਬਾਗੀ ਮੈਂ ਇਹਦਾ ਕੁੜੀ ਦਾ ਇਲਾਜ ਕਰਵਾਉਂਗਾ ਉਸ ਤੋਂ ਬਾਅਦ ਸਾਨੂੰ ਜੀ ਕਿਸੇ ਨੇ ਦੱਸ ਪਾਈ ਅਮਰੀਕਾ ਜਾਂਦੀ ਕੋਈ ਹੈਗੇ ਸੀਗੇ ਰੈਲਟਿਵ ਉਹਨਾਂ ਨੇ ਕਿਹਾ ਕਿ ਤੁਸੀਂ ਪੀਜੀਆ ਨਹੀਂ ਤੁਹਾਨੂੰ ਇੱਥੇ ਇਹਨਾਂ ਨੇ ਹੱਥ ਨਹੀਂ ਮਾਣਾ ਤੁਸੀਂ ਲੁਧਿਆਣੇ ਡੀਐਮਸੀ 'ਚ ਉੱਥੇ ਜਾਓ ਜਦੋਂ ਅਸੀਂ ਲੁਧਿਆਣੇ ਡੀਐਮਸੀ ਦੇ ਮਤਲਬ ਪਹੁੰਚੇ ਤਾਂ ਸਾਨੂੰ ਡਾਕਟਰ ਅਸ਼ੋਕ ਗੁਪਤਾ ਨੇ ਮਤਲਬ ਮਿਲੇ ਮੈਨੂੰ ਤਾਂ ਮੈਨੂੰ ਥੋੜਾ ਥੋੜਾ ਉਸ ਟਾਈਮ ਪਤਾ ਹੈਗਾ ਕਿ ਜਦੋਂ ਉਹਨਾਂ ਨੇ ਮੈਨੂੰ ਬੋਲਤਾ ਸੀਗਾ ਕਿ ਸੌਰੀ ਮੇਰੇ ਫਾਦਰ ਸਾਹਿਬ ਨੂੰ ਕਿ ਇਹਦਾ ਕੁੜੀ ਦਾ ਲਾਸਟ ਤਾਂ ਹੋ ਚੁੱਕਾ ਪਰ ਇਹਨੂੰ ਚਿਹਰੇ ਦੇ ਵਿੱਚ ਕੁਝ ਇਦਾਂ ਦੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਇਹਨੂੰ ਖੋਣੀਆਂ ਪੈਣੀਆਂ ਉਹਨਾਂ ਨੇ ਮੈਨੂੰ ਬੋਲਤਾ ਸੀ ਕਿਉਂਕਿ ਮੇਰੀ ਆਈਜ਼ ਬਾਹਰ ਆ ਗਈ ਸੀ ਉਹਨਾਂ ਨੇ ਇਹਨੂੰ ਕਿਹਾ ਮੈਨੂੰ ਦੱਸਿਆ ਕਿ ਤੇਰਾ ਨੱਕ ਵੀ ਅਮਨ ਕੱਟਣਾ ਪੈਣਾ ਸਾਨੂੰ ਤੇਰਾ ਕੰਨ ਵੀ ਕੱਟਣਾ ਪੈਣਾ ਤੇਰੇ హెਅਰ ਵੀ ਆਪਰੇਸ਼ਨ ਵਗੈਰਾ ਜੋ ਹੁੰਦਾ ਉਹਨਾਂ ਨੇ ਕੀਤਾ ਵੀ ਤੇਰੇ ਜਿਹੜੇ ਸਿਰਤੇ ਵਾਲ ਆ ਉਹ ਵੀ ਸਾਨੂੰ ਕੱਟ ਕਰਨੇ ਪੈਣਿਆ ਮੇਰਾ 90% ਫੇਸ ਬਿਲਕੁਲ ਜਲ ਗਿਆ ਸੀਗਾ ਮੇਰੀ ਮੋਮਬਾਂਗ ਜਿੱਦਾਂ ਕਹਿੰਦੇ ਨੇ ਆਪਾਂ ਮੋਹਵਤੀ ਮੇਰੀ ਮੋਹਵਤੀ ਵਾਂਗ ਮੇਰੀ ਸਕਿਨ ਜਿਹੜੀ ਉਹ ਟਲਣ ਲੱਗ ਗਈ ਸੀ ਉਸ ਤੋਂ ਬਾਅਦ ਮੈਂ ਵੀ ਉਸ ਸਤਵਾਂ ਵੀ ਮਸਹ ਲਿਆ ਮੈਂ ਇੱਕ ਮੰਮੀ ਡੈਡੀ ਦੇ ਕਰਕੇ ਮੈਨੂੰ ਇਦਾਂ ਸੀਗਾ ਜਿੱਦਾਂ ਆਪਣੇ ਕਹਿੰਦੇ ਨੇ ਨਾ ਵੀ ਤੋਂ ਆਪਣੇ ਮੂਵੀਆ ਦੇ ਵਿੱਚ ਸਾਨੂੰ ਦਿਖਾਇਆ ਜਾਂਦਾ ਕਿ ਸਰਜਰੀ ਤੋਂ ਬਾਅਦ ਆ ਚੀਜ਼ ਹੋ ਜਾਂਦੀ ਆ ਮੇਰੇ ਦਿਮਾਗ ਦੇ ਵਿੱਚ ਉਹੀ ਚੀਜ਼ ਸੀਗੀ ਕਿ ਅਮਨ ਕੋਈ ਗੱਲ ਨਹੀਂ ਕਿੱਡੀਕ ਗੱਲ ਹੋ ਗਈ ਆ ਹਨਾ ਤੇਰੀ ਸਰਜਰੀ ਹੋਣੀ ਆ ਤੂੰ ਠੀਕ ਹੋ ਜਾਣਾ ਮੇਰੀ ਫੈਮਿਲੀ ਨੇ ਵੀ ਮੈਨੂੰ ਬਹੁਤ ਅੱਛਾ ਸਪੋਰਟ ਕੀਤਾ ਮੇਰੇ ਫਰੈਂਡ ਸਰਕਲ ਨੇ ਵੀ ਕੀਤਾ ਮੇਰੀਆਂ 28 ਸਰਜਰੀਆਂ ਹੋਈਆਂ 28 ਸਰਜਰੀਆਂ ਤੋਂ ਬਾਅਦ ਮੇਰਾ ਆ ਚਿਹਰਾ ਮੈਨੂੰ ਦੇਖਣ ਨੂੰ ਮਿਲਿਆ ਮੈਨਾਂ ਕੰਟੀਨਿਊ 15 ਦਿਨਾਂ ਬਾਅਦ ਸਰਜਰੀ ਹੋਣੀ ਅਸੀਂ 6 ਮਹੀਨੇ ਲਗਾਤਾਰ ਡੀ ਐਮ ਸੀ ਦੇ ਵਿੱਚ ਗਏ ਖਰਚਾ ਸਾਡਾ ਨਾਰਮਲ ਪਰਿਵਾਰ ਲਈ ਜਦੋਂ 32 ਲੱਖ ਰੁਪਏ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਮੈਨੇ ਰੱਖਦਾ ਸਾਡੇ ਕੋਲੋਂ ਮੇਰੇ ਫਾਦਰ ਸਾਹਿਬ ਕੋਲ ਕੋਈ ਪ੍ਰਾਪਰਟੀ ਨਹੀਂ ਸੀਗੀ ਸਾਡੇ ਕੋਲ ਇੱਕ ਕਾਰ ਸੀਗਾ ਮੇਰੇ ਫਾਦਰ ਸਾਹਿਬ ਨੇ ਇੱਕ ਕਾਰ ਵੇਚ ਕੇ ਮੇਰਾ ਇਲਾਜ ਕਰਵਾਇਆ ਤੈਥੋਂ ਤੱਕ ਕੀ ਮੈਨੂੰ ਉਹ ਗੱਲਾਂ ਅੱਜ ਵੀ ਬੜੀਆਂ ਫੀਲ ਹੁੰਦੀਆਂ ਸਾਡੇ ਰਿਸ਼ਤੇਦਾਰਾਂ ਨੇ ਸਾਡਾ ਸਾਥ ਛੱਡਤਾ ਸੀ ਮੇਰੇ ਫਾਦਰ ਸਾਹਿਬ ਨੂੰ ਇਹ ਕਿਹਾ ਜਾਂਦਾ ਸੀਗਾ ਕਿ ਤੂੰ ਅਮਨ ਤੇ ਪੈਸਾ ਕਿਉਂ ਵੇਸਟ ਕਰ ਰਿਹਾ ਕਿਉਂ ਤੂੰ ਇਹਦਾ ਘਰ ਆਪਣਾ ਖਰਾਬ ਕਰ ਰਿਹਾ ਕੁੜੀ ਨਹੀਂ ਬਚਣੀ ਹੈਗੀ ਤੇ ਇਹਦੀ 2-4 ਦਿਨ ਜਿਹੜੀ ਕੇਅਰ ਕਰਨੀ ਆ ਕਰ ਲਾ ਇੱਥੋਂ ਤੱਕ ਬੋਲਿਆ ਗਿਆ ਕਿ ਇਹਨੂੰ ਇੱਕ ਜ਼ਹਿਰ ਦਾ ਟੀਕਾ ਲਗਵਾ ਦਿਓ ਇਹਨੂੰ ਖਤਮ ਕਰੋ ਚਿਕਾ ਨਾ ਤੁਸੀਂ ਹੋਰ ਫੈਮਿਲੀ ਵੱਲ ਧਿਆਨ ਦਿਓ ਕਿਉਂਕਿ ਅਸੀਂ ਟੁੱਟ ਚੁੱਕੇ ਸੀ ਮੇਰਾ 1.5 ਮਨਥ ਬਾਅਦ ਕੇਸ ਬਾਹਰ ਆਇਆ ਸੀਗਾ ਕਿ ਮੇਰੇ ਜੀਜੇ ਨੇ ਹੀ ਆ ਚੀਜ਼ ਕੀਤੀ ਆ ਤੁਹਾਨੂੰ ਖੁਦ ਨੂੰ ਪਤਾ ਕਿ ਜਦੋਂ ਇੱਕ ਐਡਾ ਵੱਡਾ ਪਰਿਵਾਰਕ ਦਾ ਜੀ ਜਿਨ੍ਹਾਂ ਨੂੰ ਤੁਸੀਂ ਇੱਕ ਇੰਨਾ ਉੱਚਾ ਦਰਜਾ ਦਿੱਤਾ ਹੋਵੇ ਉਹੀ ਬੰਦਾ ਨਿਕਲਿਆ ਆਵੇ ਤਾਂ ਪਰਿਵਾਰ ਨਾਰਮਲ ਪਰਿਵਾਰ ਤੇ ਉਹ ਕੀ ਬਿਤਦੀ ਆ ਮੇਰੀ ਫੈਮਿਲੀ ਬਿਲਕੁਲ ਟੁੱਟ ਗਈ ਸੀ ਮੇਰੇ ਮੰਮੀ ਮੇਰੇ ਡੈਡੀ ਨੂੰ ਇਦਾਂ ਹੋ ਗਿਆ ਸੀਗਾ ਕਿ ਆ ਹੋ ਕੀ ਗਿਆ ਇੱਕ ਤਾਂ ਮੇਰੇ ਨਾਲ ਆ ਚੀਜ਼ ਹੋਈ ਸੀ ਦੂਸਰਾ ਮੇਰੀ ਵੱਡੀ ਸਿਸਟਰ ਦਾ ਘਰ ਖਰਾਬ ਹੋ ਗਿਆ ਸੀਗਾ ਮੋਸਟਲੀ ਉਹ ਚੀਜ਼ਾਂ ਚੋਂ ਅਸੀਂ ਸਾਨੂੰ ਕਾਫੀ ਟਾਈਮ ਲੱਗਿਆ ਨਿਕਲਣ ਦੇ ਲਈ ਫਿਰ 6 ਕ ਮੰਥ ਬਾਅਦ ਮੇਰੀ ਜिद ਹੁੰਦੀ ਸੀਗੀ ਕਿ ਮੈਂ ਘਰੇ ਜਾਣਾ ਮੈਨੂੰ ਆਪਣੇ ਘਰ ਨਾਲ ਬਹੁਤ ਪਿਆਰ ਹੁੰਦਾ ਸੀਗਾ ਤਮੈਂ 6 ਮਹੀਨੇ ਬਾਅਦ ਆਪਣੇ ਘਰੇ ਆਈ ਮੇਰਾ ਜਨਮ ਦਿਨ ਸੀਗਾ 10 ਮਾਰਚ ਮੈਂ ਆਖੇ ਜੜੀ ਮੈਨੂੰ ਚਾਹੇ ਇੱਕ ਦਿਨ ਲਈ ਲੈ ਜਾਓ ਚਾਹੇ ਦੋ ਦਿਨ ਲਈ ਲੈ ਜਾਓ ਪਲੀਜ਼ ਮੈਂ ਘਰੇ ਜਾਣਾ ਚਾਹਣੀ ਮੈਂ ਉਹਨਾਂ ਚੀਜ਼ਾਂ ਤੋਂ ਨਾ ਬੋਰ ਹੋ ਗਈ ਸੀ ਆਪਣੇ ਆਪ ਤੁਹਾਨੂੰ ਖੁਦ ਨੂੰ ਪਤਾ ਕਿ ਇੰਨਾ ਮੇਰੇ ਤੇ ਐਡਾ ਮਤਲਬ ਅਟੈਕ ਹੋਇਆ ਸੀ ਨਾ ਕਿ ਮੈਂ ਚੱਲ ਨਹੀਂ ਸੀ ਸਕਦੀ ਮੈਂ ਵੇਖ ਨਹੀਂ ਸੀ ਪਾੰਦੀ ਤਾਂ ਮੈਂ ਘਰ ਆਈ ਤੇ ਮੈਨੂੰ ਕੰਮ-ਕਾਰ ਕਰਨ ਦਾ ਬੜਾ ਸ਼ੌਕ ਰੱਖਦੀ ਸੀਗੀ ਤੇ ਮੈਂ ਮੇਰਾ ਦਿਲ ਕੀਤਾ ਕਿ ਮੈਂ ਜੋ ਪਹਿਲਾਂ ਸੀ ਨਾ ਮੈਂ ਉਦਾਂ ਹੀ ਕੰਮ ਕਰਾਂ ਤਾਂ ਮੇਰੇ ਡੈਡੀ ਨੇ ਕੀ ਕੀਤਾ ਜੋ ਇੱਕ ਘਰ ਦੇ ਵਿੱਚ ਸ਼ੀਸ਼ੇ ਲੱਗੇ ਹੁੰਦੇ ਆ ਨਾ ਮੇਰੇ ਫਾਦਰ ਸਾਹਿਬ ਨੇ ਉਹ ਸਾਰੇ ਤੇ ਮੀਰ ਉੱਤੇ ਕਰਦੇ ਅਖਬਾਰ ਲਾਤਾ ਕਿ ਅਮਨ ਆਪਣੇ ਆਪ ਨਾਲ ਸਾਹਮਣਾ ਨਾ ਕਰੇ ਮੇਰਾ ਦਿਲ ਕੀਤਾ ਕਿ ਮੇਰੀਆਂ ਇੰਨੀਆਂ ਸਰਜਰੀਆਂ ਹੋ ਗਈਆਂ ਮੈਂ ਵੇਖਣ ਦਾ ਸਹੀ ਆਪਣੇ ਆਪ ਨੂੰ ਕਿ ਹੁਣ ਕਿੰਨਾ ਕੁ ਫਰਕ ਪੈ ਗਿਆ ਤਾਂ ਮੈਂ ਹੌਸਲਾ ਕੀਤਾ ਮੇਰੇ ਡੈਡੀ ਘਰ ਨਹੀਂ ਸੀਗੇ ਮੇਰੀ ਮੰਮਾ ਮੰਜੇ ਤੇ ਬੈਠੀ ਤੇ ਮੰਮੀ ਮੈਨੂੰ ਕਹਿੰਦੇ ਕਿ ਕਿੱਧਰ ਚੱਲੀ ਆਵਣ ਉਹਨਾਂ ਨੂੰ ਪਤਾ ਹੁੰਦਾ ਸੀਗਾ ਜੀ ਅੰਦਰ ਚਲੀ ਗਈ ਤਾਂ ਉਹਨਾਂ ਨੇ ਮੇਰੇ ਕੋਲ ਹੀ ਬੈਠੇ ਰਹਿਣਾ ਕਿ ਦੇਖ ਨਾ ਲਵੇ ਮੈਂ ਕਿੰਨੇ ਹੌਸਲਾ ਕੀਤਾ ਮੇਰੇ ਤੇ ਇੱਕ ਅਖਬਾਰ ਪਾਇਆ ਹੋਇਆ ਸੀ ਜਦੋਂ ਮੈਂ ਇਦਾਂ ਹਟਾਇਆ ਤਾਂ ਮੈਨੂੰ ਖੁਦ ਨੂੰ ਮਤਲਬ ਹੈਰਾਨ ਹੋ ਗਈ ਮੈਂ ਖੁਦ ਡਰ ਗਈ ਮੈਂ ਕਿ ਆਹ ਚੀਜ਼ ਇੰਨਾ ਭੜਾ ਹੁੰਦਾ ਤੇਜਾਬ ਦਾ ਜੋ ਹੈਗਾ ਐਸਿਡ ਦਾ ਅਟੈਕ ਦਾ ਮੈਂ ਆਪਣੇ ਆਪ ਨੂੰ ਕਾਫੀ ਮਤਲਬ ਦਬਾਇਆ ਮੈਂ ਆਪਣੇ ਆਪ ਨੂੰ ਕੰਦ ਚ ਮੇਰਾ ਸਿਰ ਵੱਜਿਆ ਮੈਂ ਮਾਰਿਆ ਮੈਂ ਬਹੁਤ ਰੋਈ ਬੜਾ ਕੜਪੀ ਕਿ ਨਹੀਂ ਮੈਂ ਨਹੀਂ ਰਹਿਣਾ ਹੈਗਾ ਮੇਰੇ ਡੈਡੀ ਆਏ ਉਹਨਾਂ ਨੇ ਮੈਨੂੰ ਕਿਹਾ ਵੀ ਬੇਟਾ ਤੂੰ ਜਿੰਨੀ ਸਾਡੀ ਬਾਹ ਲੱਗੀ ਅਸੀਂ ਲਾਵਾਂਗੇ ਤੂੰ ਸਾਡੇ ਲਈ ਉਹੀ ਹੈਂ ਬੇਟਾ ਜੋ ਕੱਲ ਸੀ ਸਾਡੇ ਲਈ ਕੋਈ ਤਰ੍ਹਾਂ ਚਿਹਰਾ ਮੈਨੇ ਨਹੀਂ ਰੱਖਦਾ ਪਰ ਇਹ ਦੁਨੀਆ ਦੁਨੀਆ ਇੱਕ ਚਿਹਰੇ ਨੂੰ ਪਿਆਰ ਕਰਦੀ ਆ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਮਤਲਬ ਘਰ ਚ ਦਬ ਕੇ ਰਹਿਣ ਲੱਗੀ ਮੇਰਾ ਦਿਲ ਕਰਦਾ ਹੁੰਦਾ ਸੀ ਮੈਨੂੰ ਬੱਚਿਆਂ ਨਾਲ ਬਹੁਤ ਪਿਆਰ ਹੁੰਦਾ ਸੀ ਮੈਂ ਬੱਚਿਆਂ ਨੂੰ ਬੁਲਾਣਾ ਕਿ ਮੈਂ ਉਹੀ ਜੋ ਵੀ ਮੇਰਾ ਰਿਸ਼ਤਾ ਹੁੰਦਾ ਸੀ ਕਿਸੇ ਮੈਂਦੀ ਦੀ ਕਹਿੰਦਾ ਸੀ ਕੋਈ ਕੋਈ ਮੈਨੂੰ ਬੁਆਜੀ ਕਹਿੰਦਾ ਸੀ ਮਨ ਨੂੰ ਹੱਕ ਕਰਨਾ ਮੇਰਾ ਦਿਲ ਕਰਨਾ ਉਹ ਬੱਚਾ ਨੇ ਮੇਰੇ ਤੋਂ ਡਰ ਜਾਣਾ ਮੇਰੇ ਕੋਲ ਨਾ ਆਣਾ ਮੈਂ ਮੰਮੀ ਨੂੰ ਕਿਹਾ ਮम्मा ਇਹਨਾਂ ਨੂੰ ਪਲੀਜ਼ ਕਹੋ ਨਾ ਕਿ ਮੈਂ ਉਹੀ ਆਵਣਾ ਮਤਲਬ ਕਾ ਵੀ ਮੈਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਇੱਕ ਦਿਨ ਐਦਾਂ ਦਾ ਆਇਆ ਕਿ ਮੈਨੂੰ ਐਦਾਂ ਹੋਇਆ ਕਿ ਮੈਂ ਖਤਮ ਹੋ ਜਾ ਮੈਨੂੰ ਕੋਈ ਜਦੋਂ ਵੀ ਮੈਂ ਕਿਤੇ ਜਾਂਦੀ ਲੋਕਾਂ ਨੇ ਮੈਨੂੰ ਵੇਖ ਕੇ ਸਾਡੇ ਕੋਲ ਇੰਨਾ ਪੈਸਾ ਨਹੀਂ ਸੀਗਾ ਕਿ ਅਸੀਂ ਡੇਲੀ ਡੇਲੀ ਮਤਲਬ ਗੱਡੀਆਂ ਦੇ ਖਰਚੇ ਪਾਈਏ ਮੈਂ ਤੇ ਮੇਰੇ ਫਾਦਰ ਸਾਹਿਬ ਨੇ ਕੀ ਕਰਨਾ ਮੇਰੀ ਤੀਜੇ ਦਿਨ ਡ्रेसਿੰਗ ਹੁੰਦੀ ਹੁੰਦੀ ਸੀ ਅਸੀਂ ਲੁਧਿਆਣੇ ਜਾਣਾ ਕਈ ਲੋਕ ਇਦਾਂ ਦੇ ਹੁੰਦੇ ਸੀਗੇ ਕਿ ਜੇ ਮੈਂ ਸੀਟ ਤੇ ਬੈਠ ਜੀ ਬੈਣਾ ਬਸ ਤੇ ਤੋਂਨਾਂ ਨੇ ਮੇਰੀਆਂ ਪਿਛਲੀਆਂ ਚਾਰ ਸੀਟਾਂ ਤੋਂ ਪਿੱਛੇ ਬਹਿ ਜਾਣਾ ਮੇਰੇ ਤੋਂ ਇੰਨੀ ਲੋਕ ਨਫ਼ਰਤ ਕਰਨ ਲਾ ਕੇ ਸੀ ਮੈਂ ਜਿਹੜ ਨੂੰ ਕਿਹਾ ਮੈਂ ਜਿਹੜੀ ਪੁਲਿਸ ਮੈਂ ਨਹੀਂ ਜਾਣਾ ਜਿੱਦਾਂ ਦੀ ਮੈਂ ਹੈਗੀ ਹਾਂ ਤਾਂ ਪਰ ਮੇਰੇ ਫਾਦਾ ਸਾਹਬ ਨੇ ਕਾਫੀ ਮੈਨੂੰ ਸਪੋਰਟ ਕੀਤਾ ਮੈਨੂੰ ਵੀ ਇੱਤਾ ਹੋਇਆ ਕਿ ਅਫਨ ਤੂੰ ਕਿਉਂ ਫੈਸਲ ਕੋਣੀ ਆ ਠੀਕ ਆ ਨਾ ਤੂੰ ਕਿਹੜਾ ਕੋਈ ਗੁਨਾਹ ਕੀਤਾ ਤੇਰੇ ਕੋਈ ਗਲਤੀ ਨਹੀਂ ਹੈ ਗਲਤੀ ਤਾਂ ਉਸ ਇਨਸਾਨ ਦੀ ਆ ਜਿਨੇ ਕੀ ਮੇਰਾ ਘਰ ਖੇਰੂ ਖੇਰੂ ਕਰਤਾ ਮੇਰੀ ਜ਼ਿੰਦਗੀ ਬਰਬਾਦ ਕਰਤੀ ਮੇਰਾ ਭੈਣ ਦਾ ਘਰ ਖਰਾਬ ਹੋ ਗਿਆ ਸੀ ਖੁਦ ਫਿਰ ਮੈਂ ਇੱਕ ਦਿਨ ਹੌਸਲਾ ਕੀਤਾ ਮੇਰੇ ਫਰੈਂਡ ਸਰਕਲ ਨੇ ਮੈਨੂੰ ਕਾਫੀ ਅਚ ਉਹਨੇ ਮੈਨੂੰ ਉਹਨਾਂ ਨੇ ਮੈਨੂੰ ਆਪਣੇ ਕੋਲ ਲੈ ਕੇ ਆਂਦਾ ਕਹਿੰਦੀ ਅਮਨ ਤੂੰ ਕਦੇ ਵੀ ਘਬਰਾਣਾ ਨਹੀਂ ਹੈਗਾ ਜੋ ਤੇਰਾ ਪਹਿਲਾਂ ਕੀਤਾ ਸੀਗਾ ਤੂੰ ਉਹੀ ਰੈਨ ਦੇ ਵਿੱਚ ਆ ਤੂੰ ਆਪਣੇ ਆਪ ਨੂੰ ਬਿਜ਼ੀ ਰੱਖ ਥੋੜਾ ਜਿਹਾ ਟਾਈਮ ਮੇਰੀਆਂ ਡਾਕਟਰ ਦੀ ਪ੍ਰੋਬਲਮ ਸੀਗੀ ਆ ਮੈਂ ਨਹੀਂ ਮਤਲਬ ਕੰਮ ਕਰ ਪਾਂਦੀ ਸੀ ਮੇਰਾ ਦਿਲ ਕਰਦਾ ਸੀ ਪਰ ਮੇਰੀ ਅੱਖਾਂ ਚੋਂ ਪਾਣੀ ਨਿਕਲਦਾ ਰਹਿੰਦਾ ਡਾਕਟਰਾਂ ਨੇ ਮੈਨੂੰ ਬਣਾ ਕੀਤਾ ਕਿ ਅਮਨ ਤੁਸੀਂ ਇੰਨਾ ਟਾਈਮ ਰੈਸਟ ਕਰੋ ਪਰ ਮੇਰਾ ਦਿਲ ਕਰਦਾ ਹੁੰਦਾ ਸੀ ਮੈਂ ਕੰਮ ਕਰਾਂ ਫਿਰ ਮੈਂ ਥੋੜੇ ਕ ਟਾਈਮ ਬਾਅਦ 4 ਕਿ ਸਾਲਾਂ ਬਾਅਦ ਫਿਰ ਮੇਰੀ ਇੱਕ ਨਵੀਂ ਪ੍ਰੋਬਲਮ ਹੋ ਗਈ ਜਦੋਂ ਮੈਂ ਕਿਤੇ ਵੀ ਜੌਬ ਲਈ ਜਾਂਦੀ ਕਿ ਮੈਨੂੰ ਨੌਕਰੀ ਦਿੱਤੀ ਜਾਵੇ ਕਿ ਮੈਂ ਬੈਲ ਨਹੀਂ ਰਹਿ ਸਕਦੀ ਮੈਂ ਆਪਣੇ ਚੰਡੀਗੜ੍ਹ ਮਹਾਲੀ ਪਟਾਣਡੇ ਦੇ ਸਲੂਨਾਂ ਦੇ ਵਿੱਚ ਇੰਟਰਵਿਊ ਦੇਣ ਗਈ ਤਮੈਨੂੰ ਪਤਾ ਸੀਗਾ ਕਿ ਮੇਰਾ ਕਿੱਤਾ ਹੀ ਇਹ ਸੀਗਾ ਮੈਂ 115 16 ਸਾਲ ਦੇ ਵਿੱਚ ਮੈਨੂੰ ਕਾਫੀ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਆਹ ਚੀਜ਼ ਇਦਾਂ ਚੀਜ਼ ਇਦਾਂ ਮੈਂ ਅچھے ਤਰੀਕੇ ਨਾਲ ਮੇਕਅਪ ਕਰਨਾ ਜੋ ਵੀ ਇੱਕ ਬਿਊਟੀਸ਼ਾਨ ਦਾ ਹੁੰਦਾ ਪਰ ਉਹਨਾਂ ਨੂੰ ਮੇਰਾ ਕੰਮ ਚੰਗਾ ਲੱਗਦਾ ਸੀ ਉਹਨਾਂ ਨੂੰ ਮੇਰਾ ਚਿਹਰਾ ਨਹੀਂ ਸੀ ਚੰਗਾ ਲੱਗਦਾ ਜਦੋਂ ਵੀ ਮੈਂ ਉਹਨਾਂ ਤੋਂ ਫੋਨ ਕਰਕੇ ਪੁੱਛਣਾ ਦੂਸਰੇ ਦਿਨ ਕਿ ਮੈਂ ਅਮਨ ਬੋਲਦੀ ਪਈ ਆ ਮੈਂ ਤੁਹਾਡੇ ਕੋਲ ਕੱਲ ਜੁਮ ਦੇ ਕੇ ਗਈ ਸੀ ਉਹਨਾਂ ਨੇ ਮੈਨੂੰ ਕਹਿਣਾ ਕਿ ਸੌਰੀ ਮੈਡਮ ਮੈਂ ਨਾ ਕਰਿਓ ਸਾਡੇ ਜਿਹੜੇ ਕਲਾਇੰਟ ਨੇ ਉਹਨਾਂ ਨੇ ਤੁਹਾਡੇ ਤੋਂ ਕੰਮ ਨਹੀਂ ਕਰਵਾਣਾ ਉਨ ਸਾਨੂੰ ਇੱਕ ਇਦਾਂ ਦੀ ਕੁੜੀ ਚਾਹੀਦੀ ਆ ਜਿਹੜੀ ਕਿ ਮਤਲਬ ਬੜੀ ਸੋਹਣੀ ਸੁਨੱਖੀ ਹੋਵੇ ਪਰਸਨੈਲਿਟੀ ਹੋਵੇ ਤੇ ਸਾਡੇ ਕਸਟਮਰ ਸਾਡੇ ਟੁੱਟ ਜਾਣਗੇ ਤੁਹਾਡੇ ਨੂੰ ਮੈਨੂੰ ਬੜਾ ਆਪਣੇ ਆਪ ਨੂੰ ਹੋਣਾ ਮੈਂ ਫੇਰ ਕੋਟਣ ਲੱਗੀ ਫਿਰ ਕੋਈ ਇਦਾਂ ਦਾ ਦਿਨ ਆਇਆ ਮੈਂ ਕਾਫੀ ਕੋਸ਼ਿਸ਼ ਕੀਤੀ ਵੀ ਅੱਜ ਨਾ ਕੱਲ ਅੱਜ ਨਾ ਕੱਲ ਮੈਨੂੰ ਕੰਮ ਮਿਲੇ ਪਰ ਮੈਨੂੰ ਕਿਸੇ ਨੇ ਕੋਈ ਕੰਮ ਨਹੀਂ ਦਿੱਤਾ ਫਿਰ ਮੇਰੇ ਕਜ਼ਨ ਨੇ ਫੋਨ ਮਸੂਦ ਉਹਨਾਂ ਨੇ ਮੈਨੂੰ ਕਿਹਾ ਕਿ ਅਮਨ ਜੇ ਤੇਰੇ ਹੱਥ 'ਚ ਕਲਾ ਹੈਗੀ ਆ ਠੀਕ ਆ ਮੈਨੂੰ ਪਤਾ ਤੂੰ ਕੰਮ ਕਰ ਸਕਦੀ ਆ ਮੈਂ ਤੈਨੂੰ ਸਲੂਨ ਖੋਲ੍ਹ ਕੇ ਦਵਾਂਗੀ ਠੀਕ ਹੈ ਤੂੰ ਆਪਣਾ ਕੰਮ ਕਰ ਫਿਰ ਮੈਂ ਚਾਰਕ ਮਨਥ ਹੋ ਗਏ ਫਿਰ ਮੈਂ ਆਪਣੀ ਸਟਾਰਟਿੰਗ ਲਾਈ ਉਹੀ ਕੰਮ ਦੇ ਵਿੱਚ ਉਹੀ ਕੰਮ ਦੇ ਵਿੱਚ ਬਿਜ਼ੀ ਰਹਿਣ ਲੱਗ ਗਈ ਤਾਂ ਮੈਨੂੰ ਵਧੀਆ ਫੀਲ ਹੋਣ ਲੱਗਿਆ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ ਕਈ ਤੁਹਾਨੂੰ ਪੁੱਛਦੇ ਨੇ ਤੁਹਾਨੂੰ ਗਾਈਡ ਕਰਦੇ ਨੇ ਕਈ ਇਦਾਂ ਦੇ ਨੇ ਕਹਿੰਦੇ ਨੇ ਕਿ ਦੇਖ ਕੇ ਮੁੜ ਜਾਂਦੇ ਨੇ ਅੱਜ ਦੇ ਟਾਈਮ ਦੇ ਵਿੱਚ ਵੀ ਇਹ ਚੀਜ਼ਾਂ ਮੇਰੇ ਨਾਲ ਹੁੰਦੀਆਂ ਜਿਹੜੀਆਂ ਕਿ ਆਉਂਦੇ ਨੇ ਜਦੋਂ ਸਲੂਨ ਤੇ ਉਸ ਤੋਂ ਬਾਅਦ ਮੇਰਾ ਚਿਹਰਾ ਦੇਖ ਕੇ ਮੁੜ ਜਾਂਦੇ ਤੇ ਮੈਨੂੰ ਕਾਫੀ ਮਤਲਬ ਫੀਲ ਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਹਜੇ ਵੀ ਜਿਹੜਾ ਹੈਗਾ ਕਿ ਸੋ ਪਰਸੈਂਟ ਚਿਹਰੇ ਨੂੰ ਪਿਆਰ ਕੀਤਾ ਜਾਂਦਾ ਨਾ ਤੁਹਾਡਾ ਇੱਥੇ ਦਿਲ ਦੇਖਿਆ ਜਾਂਦਾ ਨਾ ਤੁਹਾਡੀ ਇਨਸਾਨੀਅਤ ਦੇਖੀ ਜਾਂਦੀ ਆ ਨਾ ਤੁਹਾਡੀ ਸੋਚ ਦੇਖੀ ਜਾਂਦੀ ਆ ਕਈ ਲੋਕ ਇਦਾਂ ਦੇ ਨੇ ਜਦੋਂ ਮੇਰੇ ਕੋਲ ਆਉਂਦੇ ਨੇ ਮੈਥੋਂ ਫੋਟੋਆਂ ਮੈਂ ਕਹਿੰਦੇ ਨੇ ਮੈਡਮ ਅਸੀਂ ਕਰਵਾਉਣੀਆਂ ਸੀ ਤੁਹਾਡੇ ਤੋਂ ਕੰਮ ਕਰਵਾਣਾ ਤਾਂ ਉੱਥੇ ਮੈਨੂੰ ਚੰਗਾ ਫੀਲ ਵੀ ਹੁੰਦਾ ਕਿ ਨਹੀਂ ਅਮਨ ਤੂੰ ਕਿਸੇ ਗੱਲੋਂ ਕੋਈ ਖਬਰਾਨਾ ਨਹੀਂ ਹੈ ਤੇਰੇ ਨਾਲ ਆ ਕਿਦਾਂ ਦੀ ਲਾਈਫ ਜੀਣੀ ਪੈਂਦੀ ਹੈ ਤੁਹਾਨੂੰ ਕੀ ਨਾ ਤਾਂ ਮਰਿਆ ਜਾਂਦਾ ਤੇ ਨਾ ਜੀਆ ਜਾਂਦਾ ਇੱਕ ਮੇਰਾ ਇਦਾਂ ਦਾ ਦਰਦ ਆ ਇਹ ਮੇਰੇ ਇੱਕ ਇਦਾਂ ਦਾ ਚਿਹਰਾ ਜਿੰਨਾ ਟਾਈਮ ਮੇਰੇ ਸਾਹ ਚੱਲਦੇ ਨੇ ਇਹਦੇ ਨਾਲ ਮੈਨੂੰ ਆਪਣੇ ਆਪ ਨਾਲ ਕਹਿੰਦੇ ਹੁੰਦੇ ਆ ਪਿਆਰ ਤੇ ਆਪਣੇ ਆਪ ਨਾਲ ਸਾਹਮਣਾ ਕਰਨਾ ਪੈਣਾ ਉਸ ਬੰਦੇ ਨੇ ਮੇਰੇ ਤੇ ਇੱਕ ਇਤਜਾਬ ਸੁੱਟ ਕੇ ਉਹਦਾ ਮਤਲਬ ਸੀਗਾ ਮੈਨੂੰ ਮਾਰਨਾ ਪਰ ਮੇਰਾ ਪਰਮਾਤਮਾ ਮੇਰੇ ਨਾਲ ਸੀ ਮੇਰੀ ਫੈਮਲੀ ਮੇਰੇ ਨਾਲ ਸੀ ਜਿਨ੍ਹਾਂ ਦਾ ਪਿਆਰ ਜਿਨ੍ਹਾਂ ਦੀਆਂ ਦਵਾਵਾਂ ਅਮਨੂਆ ਚ ਫੇਰ ਉੱਥੇ ਹੀ ਲੈ ਆਈਆਂ ਜੋ ਉਹਦਾ ਕੀਤਾ ਸੀ ਜਾਂ ਜੋ ਹੀ ਫੇਰ ਉਹ ਕੰਮ ਕਰਦੀ ਆ ਮੈਂ ਇੱਕ ਬੰਦਾ ਇੱਕ ਰਿਸ਼ਤਾ ਮੇਰਾ ਟੁੱਟਿਆ ਠੀਕ ਆ ਨਾ ਪਰ ਮੇਰੇ ਨਾਲ ਹਜ਼ਾਰਾਂ ਰਿਸ਼ਤੇ ਖੜੇ ਨੇ ਜਿਹੜੇ ਕਿ ਮੈਨੂੰ ਸਪੋਰਟ ਕਰਦੇ ਨੇ ਮੈਨੂੰ ਪਿਆਰ ਕਰਦੇ ਨੇ ਸਾਨੂੰ ਮੋਸਟਲੀ ਇਹ ਬੋਲਿਆ ਜਾਂਦਾ ਕਿ ਤੁਹਾਡੀ ਕਿਸਮਤ ਵਿੱਚ ਸੀਗਾ ਤੈਨੂੰ ਇਹ ਦਰਦ ਮਿਲ ਗਿਆ ਖਾਸ ਕਰਕੇ ਸਾਨੂੰ ਕੁੜੀਆਂ ਨੂੰ ਸਾਡੀ ਕਿਸਮਤ ਸਾਨੂੰ ਰੱਬ ਨੇ ਚੰਗੇ ਲਿਖ ਕੇ ਭੇਜੀ ਸੀ ਚੰਗਾ ਉਹਨਾਂ ਨੇ ਮੈਨੂੰ ਇੱਕ ਸਿਰਤ ਦਿੱਤੀ ਸੀ ਚੰਗਾ ਉਹਨਾਂ ਨੇ ਮੈਨੂੰ ਇੱਕ ਚਿਹਰਾ ਦਿੱਤਾ ਸੀ ਇਹੋ ਜਿਹੇ ਲੋਕ ਬਣਾਉਂਦੇ ਨੇ ਸਾਡੀ ਸੋਚ ਠੀਕ ਹੈ ਇਹ ਜੋ ਲੋਕ ਦਿੰਦੇ ਨੇ ਸਾਨੂੰ ਇਹ ਜ਼ਖਮ ਉਹਨਾਂ ਨੇ ਮੇਰੇ ਫੇਸ ਤੇ ਮੇਰੇ ਜੀਜੇ ਨੇ ਮੇਰੇ ਤੇ ਫੇਸ ਤੇ ਮੇਰੇ ਤੇ ਇਤਜ਼ਾਬ ਪਾਇਆ ਸੀ ਮੇਰੇ ਜੋ ਸੁਪਨੇ ਨੇ ਮੇਰੇ ਸੁਪਨਿਆਂ ਨੂੰ ਉਹਨੇ ਨਹੀਂ ਚਲਾਇਆ ਅਮਨ ਦੇ ਸੁਪਨੇ ਅੱਜ ਵੀ ਉਹੀ ਨੇ ਮੈਂ ਅੱਜ ਵੀ ਮੈਨੂੰ ਖੁਸ਼ੀ ਮਿਲਦੀ ਆ ਕਿ ਮੈਂ ਆਪਣਾ ਉਹੀ ਕੰਮ ਕਰਦੀ ਆ ਮੈਂ ਆਪਣੀ ਫੈਮਲੀ ਦੇ ਵਿੱਚ ਉਸ ਬੰਦੇ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜੇ ਮੈਂ ਨਹੀਂ ਮਰੀ ਤਾਂ ਉਹਨੂੰ ਇਦਾਂ ਹੋਇਆ ਕਿ ਇਹ ਅਮਨ ਇੱਕ ਬੰਦ ਕਮਰੇ ਦੇ ਵਿੱਚ ਰਹਿ ਕੇ ਰੋਈ ਜਾਵੇ ਸੋਚੀ ਜਾਵੇ ਕਿ ਮੇਰੇ ਨਾਲ ਆ ਚੀਜ਼ ਕੀ ਹੋ ਗਈ ਮੇਰੀ ਰਿਕਵੈਸਟ ਹੀ ਆ ਕਿ ਜਿੰਨੇ ਵੀ ਮੈਨੂੰ ਵੇਖਦੇ ਪਏ ਨੇ ਮੇਰੇ ਨੀਆਂ ਅਮਣ ਹੋਰ ਵੀ ਬਹੁਤ ਨੇ ਜਿਨ੍ਹਾਂ ਨਾਲ ਰੇਪ ਕੇਸ ਹੋ ਜਾਂਦਾ ਜਿਨ੍ਹਾਂ ਨੂੰ ਸਹਰਿਆਂ ਵੱਲੋਂ ਜਲਾਇਆ ਜਾਂਦਾ ਤੇ ਉਹ ਵਿਚਾਰੀਆਂ ਕਮਰੇ ਦੇ ਵਿੱਚ ਬੰਦ ਰਹਿ ਜਾਂਦੀਆਂ ਨੇ ਉਹਨਾਂ ਨੂੰ ਘਰੋਂ ਬਾਹਰ ਨਹੀਂ ਕੱਢਿਆ ਜਾਂਦਾ ਕਿ ਤੇਰੇ ਨਾਲ ਆਹ ਚੀਜ਼ ਹੋ ਗਈ ਤੂੰ ਅੰਦਰੇ ਅੰਦਰ ਕੁੱਟ ਇਕ ਕਟੰਦਾ ਕੋਈ ਮਤਲਬ ਨਹੀਂ ਹੈਗਾ ਪਲੀਜ਼ ਮੇਰੀ ਰਿਕਵੈਸਟ ਆ ਕਿ ਉਸ ਬੰਦੇ ਨੂੰ ਆਪਣੇ ਆਪ ਨਾਲ ਲੁਕੋਣਾ ਚਾਹੀਦਾ ਉਸ ਬੰਦੇ ਨੂੰ ਕਮਰੇ ਚ ਬੰਦ ਹੋਣਾ ਚਾਹੀਦਾ ਕਿ ਮੈਂ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰਤੀ ਠੀਕ ਹੈ ਨਾ ਨਾ ਕਿ ਤੁਹਾਨੂੰ ਮੂੰਹ ਫੇਰਨਾ ਚਾਹੀਦਾ ਆਪਣੀ ਜ਼ਿੰਦਗੀ ਤੋਂ ਤੁਹਾਡੀ ਅਮਨਪ੍ਰੀਤ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਬੰਦਾ 2014 ਦੇ ਵਿੱਚ ਬਰੀ ਹੋ ਗਿਆ ਸੀਗਾ ਉਹਨੂੰ ਸਿਰਫ ਕਾਨੂੰਨ ਨੇ 3 ਮਹੀਨਿਆਂ ਦੀ ਉਹਨੂੰ ਜੇਲ੍ਹ ਹੋਈ ਸੀ 3 ਮਹੀਨਿਆਂ ਤੋਂ ਬਾਅਦ ਉਹ ਬੰਦਾ ਬੇਸ਼ਰਮ ਅੱਜ ਵੀ ਉਦਾਂ ਹੀ ਘੁੰਮਦਾ ਪਿਆ ਉਹਨੂੰ ਕੋਈ ਫੀਲ ਨਹੀਂ ਉਹਨੂੰ ਕੋਈ ਪਛਤਾਵਾ ਨਹੀਂ ਕਿ ਮੈਂ ਇੱਕ ਦੇ ਲਾਈਫ ਖਰਾਬ ਕਰਤੀ ਜਾਂ ਇੱਕ ਆਪਣੀ ਜੋ ਮੇਰੀ ਸਿਸਟਰ ਸੀ ਉਹਦੀ ਲਾਈਫ ਖਰਾਬ ਕਰਤੀ ਇੱਕ ਬੰਦੇ ਦੀ ਗਲਤੀ ਨੇ ਮੇਰਾ ਪਰਿਵਾਰ ਮੇਰਾ ਚਿਹਰਾ ਜਿਹੜਾ ਸੀ ਖੇਰੂ ਖੇਰੂ ਕਰਤਾ ਤਾਂ ਅਮਨ ਨੂੰ ਅੱਜ ਵੀ ਤੁਹਾਡੀ ਸਾਹ ਦੀ ਲੋੜ ਆ ਕਿ ਆਪਾਂ ਉਸ ਬੰਦੇ ਨੂੰ ਜਿਹੋ ਨੇ ਗਲਤੀ ਕੀਤੀ ਆ ਉਹਦੀ ਬੰਦ ਹੀ ਸਜ਼ਾ ਉਹਨੂੰ ਦਵਾਈ ਜਾਵੇ ਕਿਉਂਕਿ ਇਹ ਅਮਨ ਦੀ ਲੜਾਈ ਨਹੀਂ ਅੱਜ ਆਪਣੇ ਸਾਰਿਆਂ ਦੀ ਲੜਾਈ ਆ ਅਮਨ ਨੇ ਗਲਤੀ ਕੀਤੀ ਆ ਅੱਜ ਦੇ ਟਾਈਮ ਦੇ ਵਿੱਚ ਜਿੰਨੀਆਂ ਵੀ ਕੁੜੀਆਂ ਹੈਗੀਆਂ ਛੋਟੀਆਂ ਛੋਟੀਆਂ ਉਹਨਾਂ ਨਾਲ ਗਲਤੀਆਂ ਹੁੰਦੀਆਂ ਆਪਣੀਆਂ ਪਲੀਜ਼ ਆਪਣੇ ਫੈਮਲੀ ਨੂੰ ਇੱਕ ਦੋਸਤ ਸਮਝ ਕੇ ਉਹਨਾਂ ਨਾਲ ਨਿੱਕੀ ਨਿੱਕੀ ਗੱਲ ਸ਼ੇਅਰ ਕਰੋ ਕੀ ਚਾਹ ਅਮਨ ਨਾਲ ਹੋਇਆ ਕਿਸੇ ਹੋਰ ਅਮਨ ਨਾਲ ਨਾ ਹੋਵੇ ਸਾਰਿਆਂ ਨੂੰ ਅਮਨ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਆਪ ਨੂੰ ਪਿਆਰ ਕਰੋ ਠੀਕ ਆ ਦੁੱਖਾਂ ਨਾਲ ਸਾਹਮਣਾ ਕਰੋ ਅੰਦਰ ਤੁਸੀਂ ਕੋ ਟਕੇ ਨਾ ਰਹੋ ਜਿੱਦਾਂ ਕਿ ਇੱਕ ਅਮਨ ਚ 4 ਸਾਲ ਬੰਦ ਰਹੀ ਆ ਪਲੀਜ਼ ਮੈਂ ਉਹ 4 ਸਾਲ ਮੇਰੇ ਲਈ ਬੜੇ ਕੀਮਤੀ ਸੀਗੇ ਜਿਹੜੇ ਕਿ ਮੈਂ ਗਵਾਤੀ ਮੈਂ ਇਸ ਚੀਜ਼ ਕਹਿਣਾ ਚਾਹਣੀ ਆ ਕਿ ਜੋ ਅਮਨ ਨੇ ਟਾਈਮ ਵੇਸਟ ਕੀਤਾ ਤੁਸੀਂ ਨਾ ਕਰੋ ਜੋ ਵੀ ਤੁਹਾਡਾ ਕੰਮ ਹੈਗਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਬੇਚਿਚਕ ਹੋ ਕੇ ਉਸ ਬੰਦੇ ਦਾ ਸਾਹਮਣਾ ਕਰੋ ਕਿ ਜੋ ਬੰਦਾ ਤੁਹਾਨੂੰ ਮਾਰਨਾ ਚਾਹੁੰਦਾ ਸੀ ਉਸ ਬੰਦੇ ਦੀ ਮਿਸਾਲ ਖੜੀ ਹੋ ਬੋਤ ਲਈ ਉਹਨੂੰ ਖੁਦ ਨੂੰ ਇਹ ਫੀਲ ਹੋਵੇ ਕਿ ਮੈਂ ਆ ਕਰਤੇ ਕਰਕੇ ਬੈਠਾ ਇਹ ਆਪਣੀ ਜ਼ਿੰਦਗੀ ਫੇਰ ਉਸੇ ਤਰੀਕੇ ਨਾਲ ਜਾਂਦੀ ਆ ਫੇਰ ਉਹੀ ਕੰਮ ਦੇ ਵਿੱਚ ਬਿਜ਼ੀ ਆ ਤਾਂ ਪਿਆਰ ਪਰਿਸ਼ਸ਼ਿਆਕਲ ਅਮਨਪ੍ਰੀਤ ਵੱਲੋਂ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ